हेलो एवरीवन, सत श्री अकाल सारेयां नूं। तुहाडा बहुत बहुत स्वागत है अज दी क्लास। अज आपां पढ़न जा रहे हां पंजाब स्कूल एजुकेशन बोर्ड दे विच 11वीं क्लास इंग्लिश दी बुक ते उहदा पोएम सेक्शन दे विचों सेकंड पोएम जो कि हैगी है मदर्स डे दे उत्ते, यानी मां दिवस दे उत्ते। ते पहला मैं इस पोएम बारे तुहानूं बेसिक जानकारी दे दिंदी हां भी ए इस कविता दे विच तुहानूं की मिलेगा। इस कविता विच कवि ने मां दिवस मदर डेज बारे अपने विचारां दा वर्णन कीता है जो साल विच एक बार विश्व भर विच मनाया जांदा है, यानी पूरी दुनिया दे विच मनाया जांदा है। ठीक है, ए मां दा सम्मान करने लई, उसदे परिवार विच योगदान लई, धन्नवाद प्रगट करने लई मनाया जांदा है ना। कवि कहिंदा है कि साल विच एक दिन मां नूं समर्पित करन दा कोई फायदा नहीं है, ਇਹ ਮਾਂ ਦੀ ਬੇਇੱਜ਼ਤੀ ਤੋਂ ਸਿਵਾਏ ਹੋਰ ਕੁਝ ਨਹੀਂ ਹੈ। ਉਸ ਨੂੰ ਸਾਲ ਦਾ ਸਿਰਫ ਇੱਕ ਦਿਨ ਸਮਰਪਿਤ ਕਰਨ ਨਾਲ ਸਾਲ ਦੇ ਬਾਕੀ 364 ਜਾਂ 65 ਦਿਨਾਂ ਤੇ ਸਵਾਲ ਖੜਾ ਹੁੰਦਾ ਹੈ। ਇਹ 64 ਦਿਨ ਰਹਿ ਜਾਂਦੇ ਕਿਉਂਕਿ ਇੱਕ ਦਿਨ ਆਪਾਂ ਮਦਰਸ ਡੇ ਸੈਲੀਬ੍ਰੇਟ ਕਰਦੇ ਹਾਂ ਨਾ, ਤਾਂ 365 ਡੇਜ਼ ਹੁੰਦੇ ਨੇ, ਇੱਕ ਦਿਨ ਸੈਲੀਬ੍ਰੇਟ ਕਰਦੇ ਆ ਇੰਨੇ ਰਹਿ ਜਾਣਗੇ। ਅਸਲ ਵਿੱਚ ਮਾਂ ਜ਼ਿੰਦਗੀ ਲਈ ਇੱਕ ਵਰਦਾਨ ਹੈ। ਉਸਨੇ ਸਾਨੂੰ ਜੀਵਨ ਦਿੱਤਾ ਤੇ ਸਾਨੂੰ ਇਸ ਸੰਸਾਰ ਵਿੱਚ ਲਿਆਇਆ ਵੀ ਹੈ। ਇਸ ਲਈ ਅਸੀਂ ਆਪਣੀ ਪੂਰੀ ਜ਼ਿੰਦਗੀ ਉਸਦੇ ਕਰਜ਼ਦਾਰ ਹੈਗੇ ਹਾਂ। ਫਿਰ ਅਸੀਂ ਉਸਨੂੰ ਸਾਲ ਦਾ ਸਿਰਫ ਇੱਕ ਦਿਨ ਕਿਵੇਂ ਸਮਰਪਿਤ ਕਰ ਸਕਦੇ ਹਾਂ? ਕਵੀ ਇਸ ਨਵੀਂ ਪਰੰਪਰਾ ਦੇ ਵਿਰੁੱਧ ਹੈ। ਇਸ ਕਵਿਤਾ ਵਿੱਚ ਉਹ ਇਸ ਸੰਬੰਧ ਵਿੱਚ ਆਪਣੇ ਵਿਚਾਰ ਵੀ ਪ੍ਰਗਟ ਕਰ ਰਿਹਾ ਹੈ। ਤਾਂ ਚਲੋ ਪਹਿਲਾ ਸਟੈਂਜ਼ਾ ਦੀ ਕੁਝ ਲਾਈਨਾਂ ਪੜ੍ਹ ਲੈਂਦੇ ਹਾਂ ਤੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕੀ ਦੱਸਿਆ ਗਿਆ ਹੈ ਉਹਦੇ ਵਿੱਚ। ਵੀ ਡੂ ਇਟ ਡਿਫਰੈਂਟਲੀ ਇਨ ਦਿਸ ਡਾਰਕ ਕੰਟੀਨੈਂਟ। ਹੁਣ ਜਦ ਮੈਂ ਇੱਥੇ ਗੱਲ ਕਰ ਰਹੀ ਹਾਂ ਵੀ ਅਸੀਂ ਇੱਥੇ ਅਲੱਗ ਤਰੀਕੇ ਨਾਲ ਕਰਦੇ ਹਾਂ ਇਨ ਦਿਸ ਡਾਰਕ ਕੰਟੀਨੈਂਟ, ਤਾਂ ਇਹ ਜਿਹੜਾ ਕੰਟੀਨੈਂਟ ਹੁੰਦਾ ਹੈ ਲੈਂਡ ਦਾ ਇੱਕ ਵੱਡਾ ਜਿਹਾ ਟੁਕੜਾ ਹੁੰਦਾ ਹੈ, ਤੇ ਇੱਥੇ ਗੱਲ ਕੀਤੀ ਗਈ ਹੈ ਤੁਸੀਂ ਕਹਿ ਸਕਦੇ ਹੋ ਯੂਰਪ ਵਰਗੇ ਦੇਸ਼ਾਂ ਦੀ। ਯੂਰਪ ਦੇ ਵਿੱਚ ਜਿਹੜੇ ਦੇਸ਼ ਆ ਜਾਂਦੇ, ਏਸ਼ੀਆ ਦੇ ਦੇਸ਼ ਡਾਰਕ ਕੰਟੀਨੈਂਟ ਵਿੱਚ ਆ ਜਾਂਦੇ, ਜਾਂ ਤੁਸੀਂ ਕਹਿ ਸਕਦੇ ਹੋ ਅਫਰੀਕਾ ਦਾ ਜਿਹੜਾ ਕੰਟੀਨੈਂਟ ਹੈ। ਤੇ ਇੱਥੇ ਰੈਫਰ ਕਰ ਰਹੇ ਦੇਸ਼ ਕਿਹੜੇ ਦੇਸ਼ ਨੂੰ ਰੈਫਰ ਕਰ ਰਹੇ? ਏਸ਼ੀਆ ਦੇ ਵਿੱਚ ਇੰਡੀਆ ਨੂੰ ਰੈਫਰ ਕਰ ਰਹੇ, ਭਾਰਤ ਦੀ ਗੱਲ ਕੀਤੀ ਗਈ ਹੈ। Not just once a year, a string of spurious verses. Spurious ਦਾ ਮਤਲਬ ਕੀ ਹੁੰਦਾ ਹੈ? False, ਜੋ genuine ਲੱਗਦਾ ਹੈ, ਠੀਕ ਹੈ, ਲੇਕਿਨ ਉਹ ਗਲਤ ਸੋਚ ਤੇ ਆਧਾਰਿਤ ਹੁੰਦਾ ਹੈ। False, ਜੋ ਸੱਚ ਲੱਗਦਾ ਹੈ, ਠੀਕ ਹੈ, ਵੀ ਲੱਗਦਾ ਕਿ ਨਹੀਂ ਨਹੀਂ ਇਹੀ ਸੱਚ ਹੈ, ਪਰ thinking ਜਿਹੜੀ ਸੋਚ ਹੈ ਉਹ ਬਹੁਤ ਗਲਤ ਹੁੰਦੀ ਹੈ। ਅੱਗੇ ensconced, ensconced ਦਾ ਮਤਲਬ ਹੁੰਦਾ ਹੈ ਜਦ ਤੁਸੀਂ ਕਿਸੇ ਚੀਜ਼ ਨਾਲ ਜੋੜਦੇ ਹੋ ਜਾਂ ਕਿਸੇ ਚੀਜ਼ ਨੂੰ ਸੁਰੱਖਿਅਤ ਕਰਕੇ ਰੱਖਦੇ ਹੋ, ਠੀਕ ਹੈ। ਇੱਥੇ ਕਿਹਾ ਗਿਆ ensconced in a bouquet shaped like a Chinese house of dreams. Chinese house of dreams ਨੂੰ ਪੱਤਿਆਂ ਦਾ ਘਰ ਹੁੰਦਾ ਹੈ ਜਿਹੜਾ ਛੇਤੀ ਹੀ ਢਹਿ ਜਾਂਦਾ ਹੈ ਉਸ ਤੋਂ ਬਾਅਦ। ਹੁਣ ਜਿਹੜੇ ਕਵੀ ਨੇ ਉਹ ਇਹਨਾਂ ਸਤਰਾਂ ਵਿੱਚ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਉਹ ਕਹਿੰਦੇ ਨੇ ਕਿ ਭਾਰਤ ਵਿੱਚ ਲੋਕ ਮਾਂ ਦਿਵਸ ਜਿਹੜਾ ਆ ਮਦਰਸ ਡੇ ਜਦ ਮਨਾਉਂਦੇ ਹਨ, ਪਰ ਇੱਕ ਵੱਖਰੇ ਤਰੀਕੇ ਨਾਲ ਮਨਾਉਂਦੇ ਹਨ। ਉਹ ਇਸ ਨੂੰ ਸਾਲ ਦੇ ਵਿੱਚ ਸਿਰਫ ਇੱਕ ਵਾਰ ਨਹੀਂ ਮਨਾਉਂਦੇ ਭਾਰਤ ਵਿੱਚ, ਉਹ ਆਪਣੀਆਂ ਮਾਵਾਂ ਨੂੰ ਝੂਠੇ ਸ਼ਬਦਾਂ ਵਿੱਚ ਨਹੀਂ ਖੁਸ਼ ਕਰਦੇ ਵੀ ਜਿਵੇਂ ਮਦਰਸ ਡੇ ਤੇ ਬਾਹਰਲੇ ਮੁਲਕਾਂ ਦੇ ਵਿੱਚ ਇੱਕ ਮੈਸੇਜ ਕਰ ਦਿੱਤਾ ਗਿਆ ਉਦਾਂ ਮਾਂ ਤੋਂ ਦੂਰ ਰਹਿੰਦੇ ਆ ਵੀ ਅੱਜ ਦਾ ਦਿਨ ਤੁਹਾਡੇ ਲਈ ਸਪੈਸ਼ਲ ਹੈ, ਐਦਾਂ ਨਹੀਂ ਭਾਰਤ ਦੇ ਵਿੱਚ ਮਨਾਇਆ ਜਾਂਦਾ। ਉਹ ਆਪਣੀਆਂ ਮਾਵਾਂ ਨੂੰ ਇੱਕ ਗੁਲਦਸਤੇ ਵਿੱਚ ਸੁਰੱਖਿਅਤ ਰੂਪ ਵਿੱਚ ਰੱਖੀਆਂ ਝੂਠੀਆਂ ਕਵਿਤਾਵਾਂ ਦੀ ਇੱਕ ਸਤਰ ਪੇਸ਼ ਨਹੀਂ ਕਰਦੇ, ਜਿਵੇਂ ਮੈਂ ਇੱਥੇ ਕਿਹਾ ਬੁਕੇ ਉਹਦੇ ਵਿੱਚ ਸੇਫਲੀ ਰੱਖਿਆ ਹੋਇਆ ਕੋਈ ਕਵਿਤਾ ਕੋਈ ਹੋਰ ਚੀਜ਼ ਐਦਾਂ ਨਹੀਂ ਪੇਸ਼ ਕਰਦੇ ਜੋ ਇੱਕ ਸੁਪਨਿਆਂ ਦੇ ਚੀਨੀ ਘਰ ਵਰਗਾ ਹੈ। ਮੈਂ ਤੁਹਾਨੂੰ ਦੱਸਿਆ ਚਾਈਨੀਜ਼ ਹਾਊਸ ਆਫ ਡ੍ਰੀਮਸ ਵਰਗਾ ਹੈ। ਦੇਖੋ ਹੁਣ ਇੱਥੇ ਸੁਪਨਿਆਂ ਦਾ ਚੀਨੀ ਘਰ ਦਾ ਅਰਥ ਹੈ ਕਲਪਨਾ ਦੀ ਦੁਨੀਆ, ਠੀਕ ਹੈ। ਇੱਥੇ ਕਵੀ ਇਹ ਕਹਿਣਾ ਚਾਹੁੰਦਾ ਹੈ ਕਿ ਭਾਰਤੀ ਲੋਕ ਆਪਣੀਆਂ ਮਾਵਾਂ ਪ੍ਰਤੀ ਆਪਣੀ ਸ਼ੁਕਰਗੁਜ਼ਾਰੀ ਕੇਵਲ ਕਾਲਪਨਿਕ ਸ਼ਬਦਾਂ ਵਿੱਚ ਨਹੀਂ ਦਰਸਾਉਂਦੇ ਅਤੇ ਉਹ ਸਾਲ ਵਿੱਚ ਇੱਕ ਵਾਰ ਨਹੀਂ ਦਰਸਾਉਂਦੇ, ਸਗੋਂ ਸਾਰੀ ਉਮਰ ਮਾਵਾਂ ਦੀ ਸੇਵਾ ਕਰਕੇ ਉਹਨਾਂ ਦਾ ਸਤਿਕਾਰ ਕਰਦੇ ਹਨ, ਜਾਂ ਆਪਾਂ ਕਹਿ ਸਕਦੇ ਹਾਂ ਉਹਨਾਂ ਦੀ ਇੱਜ਼ਤ ਕਰਦੇ ਹਾਂ। ਵੱਖਰੇ ਸਾਨੂੰ ਪਾਲਣ ਪੋਸ਼ਣ ਜਿਹੜਾ ਵੱਖਰੇ ਤਰੀਕੇ ਨਾਲ ਕੀਤਾ ਗਿਆ। ਅੱਗੇ ਪੜ੍ਹਦੇ ਹਾਂ ਕੀ ਕਿਹਾ ਗਿਆ ਕਿ ਅਗਲੇ ਸਤਰਾਂ ਦੇ ਵਿੱਚ। ਮਾਈ ਮਦਰ ਇਜ਼ ਮੋਰ ਡਿਮੈਂਡਿੰਗ ਐਂਡ ਓਬੀਸੈਂਸ ਅ ਟੀਚ ਸਨਰਾਈਜ਼। ਹੁਣ ਇੱਥੇ ਜਿਹੜਾ ਸ਼ਬਦ ਹੈਗਾ ਓਬੀਸੈਂਸ ਦਾ ਮਤਲਬ ਹੁੰਦਾ ਹੈ
ਵੀ ਜਦ ਤੁਸੀਂ ਜਿਵੇਂ ਵੱਡਿਆਂ ਦੇ ਸਤਿਕਾਰ ਕਰਨ ਦੇ ਲਈ ਉਹਨਾਂ ਅੱਗੇ ਝੁਕਦੇ ਉਹਨਾਂ ਦੇ ਪੈਰ ਛੂੰਹਦੇ ਹੋ ਨਾ, ਉਹਦਾ ਮਤਲਬ ਹੁੰਦਾ ਹੈ ਓਬੀਸੈਂਸ ਕਰਨਾ, ਕਿਸੇ ਦਾ ਕਿਸੇ ਅੱਗੇ ਕਿਸੇ ਤਰੀਕੇ ਨਾਲ ਝੁਕਣਾ, ਠੀਕ ਹੈ, ਜਾਂ ਤੁਸੀਂ ਕਹਿ ਸਕਦੇ ਹੋ ਕਿਸੇ ਦੇ ਪੈਰ ਛੂਣਾ। ਹੁਣ ਉਹ ਕਿਸੇ ਤਰੀਕੇ ਨਾਲ ਵੀ ਹੋ ਸਕਦਾ ਹੈ। At each sunrise, like a devotee throwing a handful of yellow rice to the birds, holding a candelabrum. ਹੁਣ ਕੈਂਡਲੈਬਰਮ ਕੀ ਹੁੰਦਾ ਹੈ? ਤੁਸੀਂ ਦੇਖਿਆ ਹੋਣਾ ਕੈਂਡਲ ਹੋਲਡਰ ਜਿਹਾ ਹੁੰਦਾ ਹੈ ਜਿਹਦੇ ਵਿੱਚ ਟੇਬਲ ਤੇ ਪਿਆ ਹੁੰਦਾ ਹੈ ਅਲੱਗ ਅਲੱਗ ਤਰੀਕੇ ਦੀਆਂ, ਤੁਸੀਂ ਇਹਦੇ ਵਿੱਚ ਇਦਾਂ ਕਰਕੇ ਕੈਂਡਲਸ ਲਾ ਸਕਦੇ ਹੋ। ਅਕਸਰ ਸ਼ੋਪੀਸ ਦੇ ਵਾਂਗ ਦਿਖਾਈ ਦਿੰਦਾ ਹੈ ਮੂਵੀਜ਼ ਦੇ ਵਿੱਚ, ਬਾਹਰਲੇ ਮੁਲਕਾਂ ਦੇ ਵਿੱਚ ਇਦਾਂ ਪਿਆ ਹੁੰਦਾ ਹੈ। ਕੈਂਡਲੈਬਰਮ ਬਿਫੋਰ ਐਨ ਆਈਡਲ, ਮੂਰਤੀ ਜਸਟ ਵਾਂਸ ਏ ਈਅਰ ਇਸ ਡੈਸੀਕ੍ਰੇਟਿੰਗ ਇਟ। ਹੁਣ ਡੈਸੀਕ੍ਰੇਟਿੰਗ ਦਾ ਮਤਲਬ ਇਹ ਹੈ ਕਿਸੇ ਚੀਜ਼ ਨੂੰ ਡਿਸਰਿਸਪੈਕਟ ਕਰਨਾ ਜਾਂ ਕਿਸੇ ਚੀਜ਼ ਦਾ ਕਿਸੇ ਤਰੀਕੇ ਦੇ ਨਾਲ ਨਿਰਾਦਰ ਕਰਨਾ। ਜਿਵੇਂ ਇੱਥੇ ਕਿਹਾ ਗਿਆ ਵੀ ਮਾਂ ਦਿਵਸ, ਮਦਰਸ ਡੇ ਇੱਕੋ ਦਿਨ ਮਨਾ ਕੇ ਤੁਸੀਂ ਡਿਸਰਿਸਪੈਕਟ ਕਰ ਰਹੇ ਹੋ ਚੀਜ਼ ਦੀ। ਤੇ ਇੱਥੇ ਕਵੀ ਕਹਿੰਦਾ ਹੈ ਕਿ ਉਸਦੀ ਮਾਂ ਕੁਝ ਹੋਰ ਮੰਗਦੀ ਹੈ, ਉਹ ਚਾਹੁੰਦੀ ਹੈ ਕਿ ਉਹ ਹਰ ਸੂਰਜ ਚੜ੍ਹਨ ਤੇ ਉਸ ਨੂੰ ਮੱਥਾ ਟੇਕ ਕੇ। ਕਵੀ ਇੱਥੇ ਮੇਰੀ ਮਾਂ ਮਤਲਬ ਭਾਰਤੀ ਮਾਂ ਨੂੰ ਦਰਸਾਉਂਦੀ ਹੈ। ਇੱਕ ਭਾਰਤੀ ਮਾਂ ਆਪਣੇ ਬੱਚਿਆਂ ਤੋਂ ਸਾਰੀਆਂ ਬਿਮਾਰੀਆਂ ਦੂਰ ਰੱਖਣਾ ਚਾਹੁੰਦੀ ਹੈ, ਇਸ ਲਈ ਉਹ ਚਾਹੁੰਦੀ ਹੈ ਕਿ ਉਸਦੇ ਬੱਚੇ ਹਰ ਰੋਜ਼ ਸਵੇਰੇ ਉੱਠ ਕੇ ਉਸਦੇ ਪੈਰ ਛੂਣ ਤੇ ਨਵਾਂ ਦਿਨ ਸ਼ੁਰੂ ਕਰਨ ਤੋਂ ਪਹਿਲਾਂ ਉਸਦਾ ਆਸ਼ੀਰਵਾਦ ਵੀ ਲੈਣ। ਫਿਰ ਕਵੀ ਕਹਿੰਦਾ ਹੈ ਕਿ ਉਸਦੀ ਮਾਂ ਚਾਹੁੰਦੀ ਹੈ ਕਿ ਉਹ ਨਿਯਮਿਤ ਤੌਰ ਤੇ ਇੱਕ ਮੁੱਠੀ ਭਰ ਕੇ ਪੀਲੇ ਚੌਲ ਵੀ ਪੰਛੀਆਂ ਨੂੰ ਸੁੱਟੇ। ਦੂਜੇ ਸ਼ਬਦਾਂ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਭਾਰਤੀ ਮਾਂ ਆਪਣੇ ਬੱਚਿਆਂ ਨੂੰ ਪੰਛੀਆਂ ਤੇ ਜਾਨਵਰਾਂ ਪ੍ਰਤੀ ਦਿਆਲੂ ਬਣਾਉਣਾ ਚਾਹੁੰਦੀ ਹੈ, ਉਹ ਆਪਣੇ ਬੱਚਿਆਂ ਤੋਂ ਇੰਨਾ ਹੀ ਮੰਗਦੀ ਹੈ ਸਿਰਫ। ਕਵੀ ਕਹਿੰਦਾ ਹੈ ਕਿ ਸਾਲ ਵਿੱਚ ਇੱਕ ਵਾਰ ਮੂਰਤੀ ਨੂੰ ਮੋਮਬੱਤੀ ਫੜ ਕੇ ਪੂਜਣਾ ਇਹ ਸਭ ਵਿਅਰਥ ਹੈ, ਇਹ ਇਸਦਾ ਨਿਰਾਦਰ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਇਸੇ ਤਰ੍ਹਾਂ ਸਾਲ ਵਿੱਚ ਇੱਕ ਵਾਰ ਮਾਂ ਦਾ ਸਤਿਕਾਰ ਕਰਨਾ ਉਸਦਾ ਨਿਰਾਦਰ ਕਰਨ ਤੋਂ ਸਿਵਾਏ ਹੋਰ ਕੋਈ ਆਈਡੀਆ ਨਹੀਂ ਹੈ ਇਸ ਗੱਲ ਦਾ। ਠੀਕ ਹੈ, ਇੰਨੀ ਗੱਲ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆ ਗਈ ਹੋਏਗੀ ਵੀ ਇੱਥੇ ਕੀ ਕਿਹਾ ਗਿਆ। ਅੱਗੇ ਚੱਲਦੇ ਹਾਂ। Whenever I see a caterpillar slouching, slouching ਦਾ ਮਤਲਬ ਅੱਗੇ ਤੁਰਨਾ ਜਾਂ ਅੱਗੇ ਵਧਣਾ, ਆਪਾਂ ਅੰਗਰੇਜ਼ੀ ਵਿੱਚ ਕਹਿ ਸਕਦੇ ਹਾਂ ਮੂਵ ਫਾਰਵਰਡ। ਕੈਟਰਪਿਲਰ ਹਿੰਦੀ 'ਚ ਕੀ ਕਹਿੰਦੇ ਆ, ਪੰਜਾਬੀ 'ਚ ਕੀ ਕਹਿੰਦੇ ਆ ਮੈਨੂੰ ਜ਼ਰੂਰ ਦੱਸਿਓ। ਤਿੱਤਲੀ ਬਣਨ ਤੋਂ ਪਹਿਲਾਂ ਉਹ ਜਿਹੜਾ ਕੀੜਾ ਜਿਹਾ ਹੁੰਦਾ ਨਾ, ਉਹਨੂੰ ਕੈਟਰਪਿਲਰ ਕਹਿੰਦੇ ਆ ਪੰਜਾਬੀ 'ਚ, ਮੈਨੂੰ ਜ਼ਰਾ ਲਿਖਿਓ ਕਮੈਂਟ ਸੈਕਸ਼ਨ ਦੇ ਵਿੱਚ ਕੀ ਕਿਹਾ ਜਾਂਦਾ ਹੈ। ਟੁਵਰਡਸ ਅ ਪੈਨਜ਼ੀਜ਼ ਆਈ, ਪੈਨਜ਼ੀ ਕੀ ਹੁੰਦਾ ਹੈ? ਇੱਕ ਪੌਦਾ ਹੁੰਦਾ ਹੈ ਜਿਹਦੇ ਵਿੱਚ ਬਹੁਤ ਰੰਗੀਨ ਫੁੱਲ ਹੁੰਦੇ ਨੇ, ਗੂੜੇ ਫੁੱਲ ਹੁੰਦੇ ਨੇ। ਠੀਕ ਹੈ, ਉਹ ਖੁੱਲਾ ਜਿਹਾ ਮੂੰਹ ਹੁੰਦਾ ਹੈ ਉਹਦਾ, ਤੁਸੀਂ ਗੂਗਲ ਕਰਕੇ ਦੇਖ ਲਿਓ, ਇੱਕ ਪਲਾਂਟ ਹੀ ਹੁੰਦਾ ਹੈ। ਔਰ ਹੇਅਰ ਐਨਸੈਸਟਰਲ ਵੌਇਸਿਸ ਇਨ ਅ ਵਿੰਡਸ ਹਾਊਲ ਆਈ ਇਨਵੋਕ ਮਾਈ ਡੀਟੀ। ਡੀਟੀ ਦਾ ਮਤਲਬ ਹੁੰਦਾ ਹੈ ਰੱਬ। ਠੀਕ ਹੈ, ਸਮ ਟਾਈਮਸ ਟਵਾਈਸ ਅ ਡੇ। ਹੁਣ ਇਹਨਾਂ ਸਤਰਾਂ ਦੇ ਵਿੱਚ ਕਵੀ ਸਾਨੂੰ ਇੱਕ ਬਹੁਤ ਵਧੀਆ ਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਉਹ ਇੱਥੇ ਇਹਨਾਂ ਪੰਕਤੀਆਂ ਵਿੱਚ ਕਵੀ ਕਹਿੰਦਾ ਹੈ ਕਿ ਜਦੋਂ ਵੀ ਉਹ ਕਿਸੇ ਆਪਾਂ ਕਹਿ ਸਕਦੇ ਹਾਂ ਕੈਟਰਪਿਲਰ ਨੂੰ ਇਸ ਪੌਦੇ ਵੱਲ, ਪੈਨਜ਼ੀ ਵੱਲ ਵਾਧਾ ਵੇਖਦਾ ਹੈ ਤਾਂ ਉਹ ਆਪਣੇ ਈਸ਼ਵਰ ਨੂੰ, ਰੱਬ ਨੂੰ ਪੁਕਾਰਦਾ ਹੈ। ਠੀਕ ਹੈ, ਅਤੇ ਜਦੋਂ ਵੀ ਉਹ ਤੇਜ਼ ਹਵਾ ਦੀ ਆਵਾਜ਼ ਵਿੱਚ ਪੁਰਖਿਆਂ ਦੀ ਆਵਾਜ਼ਾਂ ਸੁਣਦਾ ਹੈ, ਉਹ ਆਪਣੇ ਦੇਵਤੇ ਨੂੰ ਪੁਕਾਰਦਾ ਹੈ। ਇੰਨੀ ਗੱਲ ਸਮਝ ਆਈ? ਇੱਥੇ ਇਹ ਕਿਹਾ ਗਿਆ ਹੈ ਵੀ ਜਦ ਵੀ ਪੋਇਟ ਕੈਟਰਪਿਲਰ ਨੂੰ ਅੱਗੇ ਪੈਨਜ਼ੀ ਪਲਾਂਟ ਵੱਲ ਤੁਰਦਾ ਦੇਖਦਾ ਹੈ ਤਾਂ ਵੀ ਰੱਬ ਨੂੰ ਯਾਦ ਕਰਦਾ ਹੈ, ਤੇ ਜਦ ਜ਼ੋਰ ਜ਼ੋਰ ਦੇ ਹਨੇਰੀ ਚੱਲਦੀ ਹੈ ਉਹਦੇ ਵਿੱਚ ਉਹਨੂੰ ਲੱਗਦਾ ਉਹਦੇ ਪੁਰਖਿਆਂ ਦੀ ਆਵਾਜ਼ਾਂ ਆ ਰਹੀਆਂ, ਐਨਸੈਸਟਰਲ ਮਤਲਬ ਪੁਰਖਿਆਂ ਦੀ ਆਵਾਜ਼ਾਂ। ਠੀਕ ਹੈ, ਤਾਂ ਵੀ ਉਹ ਆਪਣੇ ਰੱਬ ਨੂੰ ਉਸ ਟਾਈਮ ਤੇ ਯਾਦ ਕਰਦਾ ਹੈ, ਅਤੇ ਕਈ ਵਾਰ ਉਹ ਦਿਨ ਵਿੱਚ ਦੋ ਵਾਰੀ ਉਸਨੂੰ ਬੁਲਾਉਂਦਾ ਵੀ ਹੈ। ਇੱਥੇ ਕਵੀ ਦੀ ਦੇਵਤਾ ਉਹਦੀ ਮਾਂ ਹੈਗੀ ਆ, ਤੇ ਇਹਨਾਂ ਸਤਰਾਂ ਵਿੱਚ ਕਵੀ ਇਹ ਕਹਿਣਾ ਚਾਹੁੰਦਾ ਹੈ ਕਿ ਚਾਹੇ ਉਹ ਕੁਝ ਵੀ ਦੇਖ ਕੇ ਹੈਰਾਨ ਹੋਵੇ ਜਾਵੇ ਜਾਂ ਡਰ ਗਿਆ ਹੋਵੇ, ਸਭ ਤੋਂ ਪਹਿਲਾਂ ਉਸਦੇ ਮਨ ਵਿੱਚ ਉਸਦੀ ਮਾਂ ਹੀ ਆਉਂਦੀ ਹੈ। ਚਾਹੇ ਉਸਦੀ ਖੁਸ਼ੀ ਹੋਵੇ ਜਾਂ ਉਸਦਾ ਦੁੱਖ, ਉਹ ਆਪਣੀ ਮਾਂ ਨਾਲ ਸਭ ਕੁਝ ਸਾਂਝਾ ਕਰਨਾ ਚਾਹੁੰਦਾ ਹੈ। ਠੀਕ ਹੈ, ਅਤੇ ਉਹ ਹਰ ਮਾਮਲੇ ਦੇ ਵਿੱਚ ਆਪਣੀ ਮਾਂ ਨੂੰ ਪੁਕਾਰਦਾ ਹੈ, ਬੇਸ਼ੱਕ ਕਿੰਨੀ ਵਾਰ ਵੀ ਪੁਕਾਰੇ।
ਹੁਣ ਇਸ ਕਵਿਤਾ ਦਾ ਜਿਹੜਾ ਸੈਂਟਰਲ ਆਈਡੀਆ ਹੈਗਾ ਵੀ ਇਹ ਕਵਿਤਾ ਸਾਨੂੰ ਕੀ ਸਿਖਾਉਂਦੀ ਹੈ ਉਹਦੇ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਆਈਡੀਆ ਦੇ ਦਿੰਦੀ ਹਾਂ। ਠੀਕ ਹੈ, ਇਸ ਕਵਿਤਾ ਵਿੱਚ ਕਵੀ ਇਹ ਵਿਚਾਰ ਪ੍ਰਗਟਾਉਣਾ ਚਾਹੁੰਦਾ ਹੈ ਕਿ ਸਾਲ ਵਿੱਚ ਸਿਰਫ ਇੱਕ ਦਿਨ ਮਾਂ ਨੂੰ ਨਾ ਸਮਰਪਿਤ ਕਰੋ, ਉਹ ਬੇਕਾਰ ਹੈ। ਇਹ ਮਾਂ ਦਾ ਨਿਰਾਦਰ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਠੀਕ ਹੈ, ਮਾਂ ਜੀਵਨ ਲਈ ਇੱਕ ਵਰਦਾਨ ਹੈ, ਉਹੀ ਸਾਨੂੰ ਇਸ ਸੰਸਾਰ ਵਿੱਚ ਲੈ ਕੇ ਆਈ ਹੈ। ਇਸ ਲਈ ਅਸੀਂ ਆਪਣੀ ਪੂਰੀ ਜ਼ਿੰਦਗੀ ਉਸਦੇ ਕਰਜ਼ਦਾਰ ਰਹਾਂਗੇ। ਫਿਰ ਅਸੀਂ ਉਸਨੂੰ ਸਿਰਫ ਸਾਲ ਦਾ ਇੱਕ ਦਿਨ ਕਿਵੇਂ ਸਮਰਪਿਤ ਕਰ ਸਕਦੇ ਹਾਂ, ਹੈ ਨਾ? ਜੇਕਰ ਅਸੀਂ ਆਪਣੀ ਮਾਂ ਪ੍ਰਤੀ ਆਪਣਾ ਸ਼ੁਕਰਗੁਜ਼ਾਰ ਹੋਣਾ ਚਾਹੁੰਦੇ ਹਾਂ ਜਾਂ ਗ੍ਰੈਟੀਟਿਊਡ ਦਿਖਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਇਹੋ ਜਿਹੇ ਬੇਕਾਰ ਜਸ਼ਨਾਂ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ, ਸਗੋਂ ਸਾਨੂੰ ਆਪਣੀ ਮਾਵਾਂ ਦੀ ਸੇਵਾ ਕਰਕੇ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਇੱਜ਼ਤ ਕਰਨੀ ਚਾਹੀਦੀ ਹੈ, ਜਿਵੇਂ ਭਾਰਤ ਦੇ ਵਿੱਚ ਹੁੰਦਾ ਹੈ। ਤੇ ਇਹ ਸੀ ਕੀ ਕਵਿਤਾ, ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਡਿਟੇਲ ਦੇ ਵਿੱਚ ਸਮਝ ਆ ਗਈ ਹੋਏਗੀ ਵਰਡ ਮੀਨਿੰਗਸ ਦੇ ਨਾਲ। ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਆਪਾਂ ਫਿਰ ਮਿਲਾਂਗੇ, ਟਿਲ ਦੈਨ ਟੇਕ ਕੇਅਰ, ਬਾਏ ਬਾਏ।